ਸੁਖਬੀਰ ਬਾਦਲ ਉਹ ਕਹਿੰਦਾ ਸਾਰੇ ਮਲੰਗ ਨੇ, ਆਮ ਆਦਮੀ ਫੜੀ ਪਾਰਟੀ ਖੜੀ ਕੀਤੀ ਮਲੰਗਾਂ ਨੇ। ਤੁਹਾਨੂੰ ਪਤਾ ਹੈ ਪਿੰਡ 'ਚ 2-4 ਮਲੰਗ ਹੁੰਦੇ ਆ ਵਿਹਲੇ, ਜੇ ਜਿਹੜੇ ਕੋਈ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਂਦਾ। ਸਭ ਤੋਂ ਵੱਡਾ ਮਲੰਗ ਦਾ ਚੀਫ ਮਿਨਿਸਟਰ ਆਪ ਹੈ ਵਿਚਾਰਾ, ਹੁਣ ਕੀ ਕਰੇ, ਹੁਣ ਜਿੰਨੀ ਕਾਕਲ ਹੈ ਉਹਨੇ ਕੋ ਬੋਲ ਪੈਂਦਾ ਉਹ, ਹੈ ਨਾ। ਇੱਕ ਤਾਂ ਹੁੰਦਾ ਮੰਦ ਬੁੱਧੀ, ਚਲ ਮੰਦ ਬੁੱਧੀ ਵੀ ਕੋਈ ਬੁੱਧੀ ਤਾਂ ਹੁੰਦੀ ਹੈ, ਉਹ ਤਾਂ ਬੰਦ ਬੁੱਧੀ ਹੈ। ਅਸੀਂ ਕਿਆ ਕੀਤੇ ਕੀ ਨੇ ਆ ਭਾਈ, ਤੁਸੀਂ ਕੀਤਾ ਮਲੰਗ ਸਾਨੂੰ, ਆਪ ਤੁਸੀਂ ਰਜਵਾੜੇ ਹੋ ਗਏ, ਵੱਡੀਆਂ ਵੱਡੀਆਂ ਨਹਿਰਾਂ ਤੁਹਾਡੇ ਖੇਤਾਂ 'ਚ ਜਾ ਕੇ ਖਤਮ ਹੋ ਜਾਂਦੀਆਂ ਨੇ, ਫਿਰ ਸਾਨੂੰ ਤਾਂ ਪਾਣੀ ਮਿਲਦਾ ਹੀ ਨਹੀਂ, ਉਹ 'ਚੋਂ ਤਾਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਜਿਹੜੀ ਨਹਿਰ ਤੁਹਾਡੇ ਪਿੰਡ ਖੇਤ ਨੂੰ ਜਾਂਦੀ ਹੈ, ਅਤੇ ਅਸੀਂ ਤਾਂ ਮਲੰਗ ਹੀ ਰਹਿਣਾ ਸੀ ਫਿਰ। ਆ ਇਹਨਾਂ ਦੀ ਬੋਲੀ ਹੈ ਵੀਰੋ, ਕੋਈ ਗਰੀਬ ਜਿੱਤ ਕੇ ਆ ਗਿਆ ਲੋਕਾਂ ਨੇ ਜਿਤਾਤਾ ਨਾ ਜੀ, ਕਹਿੰਦੇ ਐਂ ਕਿਵੇਂ ਆ ਗਿਆ, ਅਸੀਂ ਜਿੱਤਦੇ ਹੁੰਦੇ ਹਾਂ। ਹੁਣ ਆਪਾਂ ਤਾਂ ਹੋਰ ਵੀ ਕੰਮ ਕਰ ਲਾਂਗੇ, ਆਪਾਂ ਨੂੰ ਤਾਂ ਬਹੁਤ ਕੋਈ ਨਾ ਕੋਈ ਆਪਾਂ ਤਾਂ ਕਰਕੇ ਆਏ ਹੋਏ ਹਾਂ, ਨੋਨ ਪੋਲੀਟੀਕਲ ਬੈਕਗ੍ਰਾਉਂਡ ਤੋਂ ਆਏ ਹੋਏ ਹਾਂ, ਮੋਬਾਈਲ ਠੀਕ ਕਰ ਲਾਂਗੇ, ਕੋਈ ਹੋਰ ਕੰਮ ਕਰ ਲਾਂਗੇ, ਖੇਤੀ ਕਰ ਲਾਂਗੇ। ਆਹ ਲੀਡਰਾਂ ਦੇ ਜਵਾਕਾਂ ਨੂੰ ਕੱਖ ਨਹੀਂ ਕਰਨਾ ਆਉਂਦਾ, ਇਹ ਨਵੀਂ ਕਿਸਮ ਦੇ ਬੇਰੁਜ਼ਗਾਰੀ ਪੈਦਾ ਹੋ ਗਏ, ਮੈਨੂੰ ਹੋਰ ਸਿਆਪਾ ਪਿਆ ਹੁਣ ਨਵਾਂ, ਇਹਨਾਂ ਦਾ ਕੀ ਕਰੀਏ ਹੁਣ, ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਨੇ। ਕਹਿੰਦੇ ਸਾਨੂੰ ਜਿਤਾਓ, ਕਿਉਂ ਮੈਂ ਜਿਤਾਈਏ, ਲੋਕ ਜਿਤਾਉਣਗੇ ਮੈਂ ਜਿਤਾਉਣਾ ਜੀ, ਲੋਕਾਂ ਕੋਲ ਜਾਂਦੇ ਨੇ ਲੋਕ ਛਿੱਤਰ ਕੱਢਦੇ ਨੇ ਮੂਹਰੋਂ, ਆ ਜਾਓ ਕਹਿੰਦੇ ਤੁਹਾਨੂੰ ਉਡੀਕਦੇ ਸੀ। ਆ ਰੋਡ ਸ਼ੋਅ ਕੱਢਣ ਲੱਗਿਆ ਹੋਇਆ ਪੰਜਾਬ ਬਚਾਓ, ਇੱਕ ਤਾਂ ਮੈਨੂੰ ਇਹਨੇ ਸਮਝ ਆਉਂਦੀ ਪੰਜਾਬ ਕਿਤੋਂ ਬਚਾਈਏ, ਇਸੇ ਇਹਨਾਂ ਨੂੰ ਤਾਂ ਬਚਾ ਕੇ ਹਟਿਆ ਜੇ ਹੋਣੀ, ਉਹਦੇ ਉੱਤੇ ਛਾਤਰੀ ਲਾ ਰੱਖੀ ਹੈ ਜੀਪ ਜੀ 'ਤੇ ਵੀ ਕਿਤੇ ਕਾਕਾ ਜੀ ਨੂੰ ਗਰਮੀ ਨਾ ਲੱਗ ਜੇ। ਲੈ ਇਹ ਟੈਂਪਰੇਚਰ ਤਾਪਮਾਨ ਪੁੱਛ ਕੇ ਜਾਂਦੇ ਆ ਇਹ ਪੰਜਾਬ ਦੇ ਵਿੱਚ, ਜੇ ਕਦੇ ਵੋਟਾਂ ਮੰਗਣ ਵੀ ਜਾਣਾ ਹੋਵੇ ਤਾਂ ਤਾਪਮਾਨ ਪੁੱਛ ਕੇ ਜਾਂਦੇ ਆ, ਟੈਂਪਰੇਚਰ ਹਾਊ ਮੱਚ ਇਜ਼ ਦਾ ਟੈਂਪਰੇਚਰ, ਸਰ ਇਟਸ 40 degrees, ਓ ਮਾਈ ਗੋਡ ਇਟਸ ਟੂ ਹਾਟ। ਜਦੋਂ 30 degrees ਹੋਇਆ ਉਦੋਂ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ। ਫਿਰ ਇਹ ਨੇ ਜਿੰਨੇ ਚਿਰ 'ਚ ਇਹ ਤਿਆਰ ਹੁੰਦੇ ਆ ਉਨੇ ਚਿਰ 'ਚ ਮੈਂ 15 ਪਿੰਡ ਕੱਢ ਦਿੰਦਾ, ਕਿਉਂਕਿ ਅਸੀਂ ਕਾਹਦਾ ਥੱਕਣਾ। ਮੈਨੂੰ ਪੱਤਰਕਾਰ ਕਹਿੰਦੇ ਆਪ ਇਤਨੀ ਉਚਾਈ ਪਰ ਚਲੇ ਗਏ ਹੈ, ਮੈਂ ਕਿਹਾ ਅੱਛਾ ਜੀ, ਡਰ ਨਹੀਂ ਲੱਗਦਾ ਆਪਕੋ, ਮੈਨੂੰ ਕਿਹਾ ਕਿਸ ਬਾਤ ਕਾ, ਕਹੀਂ ਨੀਚੇ ਆ ਗਏ ਤੋ, ਮੈਂ ਕਿਹਾ 40-40 ਫੁੱਟ ਡੂੰਘੇ ਬੋਰ ਦੇ ਟੋਇਆਂ 'ਚੋਂ ਨਿਕਲ ਕੇ ਆਏ ਹੋਏ ਹਾਂ, ਥੱਲੇ ਤਾਂ ਪਾਣੀ ਹੈ, ਅੱਧੂ ਬਾਅਦ ਥੱਲੇ ਤਾਂ ਹੁਣ ਦੱਸੋ ਕਿੱਥੇ ਜਾਈਏ। ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਹੈ, ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਹੈ, ਡਰ ਲੱਗਦਾ ਤਾਂ ਨੀਲੀ ਛਤਰੀ ਵਾਲੇ ਤੋਂ ਡਰ ਲੱਗਦਾ, ਬਸ ਉਹਦੀ ਛਤਰ ਛਾਇਆ ਥੱਲੇ ਆ। ਸੋ ਇਹ ਰੋਜ਼ ਡਰਦੇ ਆ, ਇਹ ਕਦੇ ਆਪਦੇ ਬੌਸ ਤੋਂ ਡਰਦੇ ਆ, ਕਦੇ ਇਹਨਾਂ ਦਾ ਕੋਈ ਪੁੱਛਦਾ ਹੈ ਨਹੀਂ, ਮੈਂ ਦੇਖਿਆ ਹੋਇਆ ਇਹਨਾਂ ਸਿਸਟਮ, ਮੇਲੇ 'ਚ ਮਰੂਦਾਂ ਨੂੰ ਕੋਈ ਨਹੀਂ ਪੁੱਛਦਾ ਉੱਥੇ, ਠੀਕ ਆ, ਊਂ ਹੀ ਤੁਰੇ ਫਿਰਦੇ ਰਹਿੰਦੇ, ਇੱਧਰ ਨੂੰ ਲੰਘੇ ਇੱਧਰ ਨੂੰ ਲੰਘੇ। ਸੋ ਵੀਰੋ ਆ ਹੁਣ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਆ, ਉੱਥੋਂ ਵਾਲਾ ਚੱਕ ਕੇ ਬਠਿੰਡੇ ਵਾਲਾ ਚੱਕ ਕੇ ਲੁਧਿਆਣੇ ਮਾਰਿਆ, ਸੰਗਰੂਰ ਵਾਲਾ ਚੱਕ ਕੇ ਅਨੰਦਪੁਰ ਸਾਹਿਬ ਮਾਰਿਆ, ਖਡੂਰ ਸਾਹਿਬ ਵਾਲਾ ਚੱਕ ਕੇ ਸੰਗਰੂਰ ਮਾਰਿਆ, ਇਹਨੂੰ ਆਪਸ 'ਚ ਨਹੀਂ ਪਤਾ ਲੱਗਦਾ ਕਿੱਧਰੋਂ ਕਿਹਨੂੰ ਕੀ ਕਰੀਏ। ਬਈ ਲੋਕਲ ਬੰਦੇ ਆ, ਦੇਖੋ ਹੁਣ ਸ਼ਹਿਰੀ ਕਲਸੀ ਤੁਹਾਡਾ ਆਪਣਾ ਜਵਾਕ ਹੈ,
ਤੁਹਾਡਾ ਆਪਣਾ ਪੁੱਤ ਹੈ, ਜਦੋਂ ਮਰਜ਼ੀ ਜਾ ਕੇ ਘਰੇ ਕੰਮ ਕਰਾ ਲਿਓ। ਇੱਦੋਂ ਪਹਿਲਾਂ ਦੇਖੋ ਤੁਹਾਡਾ ਗੁਰਦਾਸਪੁਰੀਆਂ ਦਾ ਬਹੁਤ ਠੀਕ ਕਰਨ ਦਾ ਬਹੁਤ ਵਧੀਆ ਮੌਕਾ ਹੈ, ਮੇਰੀ ਗੱਲ ਮੰਨ ਲਓ, ਮੇਰੇ 32 ਦੰਦ ਨੇ, ਗੱਲਾਂ ਮੇਰੀਆਂ ਸੱਚੀਆਂ ਹੋ ਜਾਂਦੀਆਂ ਨੇ, ਆਹ ਸਹੀ ਕਰਨ ਦਾ ਮੌਕਾ ਹੈ। ਨਹੀਂ ਤੁਹਾਡੇ ਬਾਰੇ ਐਂ ਕਹਿਣ ਲੱਗ ਗਏ ਗੁਰਦਾਸਪੁਰੀਆਂ ਦਾ ਕੀ ਹੈ, ਜਿਹੜਾ ਮਰਜ਼ੀ ਖੜਾ ਕਰ ਦਿਉ ਵੋਟਾਂ ਪਾਈ ਦਿੰਦੇ ਨੇ। ਇਦੋਂ ਪਹਿਲਾਂ ਆਪਾਂ ਬੰਬੇ ਵਾਲਾ ਇੱਕ ਪਹਿਲਾਂ ਵਿਨੋਦ ਖੰਨਾ ਲੈ ਲਿਆ ਸੀ, ਉਦੋਂ ਬਾਅਦ ਉਹ ਨਲਕੇ ਵਾਲਾ ਲੈ ਲਿਆ, ਉਹਨੇ ਪਤੰਦਰ ਨੇ ਫਿਲਮਾਂ 'ਚ ਬਾਰਡਰ ਦੇ ਪਰਲੇ ਪਾਸੇ ਨਲਕੇ ਬਹੁਤ ਪੱਟੇ ਨੇ, ਇੱਧਰ ਲਵਾਇਆ ਹੈ ਨਹੀਂ ਕੋਈ ਕਾਦੀਆਂ 'ਚ ਜਾਂ ਕੋਈ ਕਿਤੇ ਨਾਕਾ ਨਲਕਾ ਲਵਾਇਆ ਹੋਵੇ। ਸੋ ਹੁਣ ਮੌਕਾ ਹੈ ਆਪਦੇ ਜਵਾਕ ਨੂੰ ਵੋਟਾਂ ਪਾਓ, ਮੇਰੀ ਹੱਥ ਬੰਨ ਕੇ ਬੇਨਤੀ ਹੈ, ਆਪਦੇ ਲੋਕਲ ਜਵਾਕ ਨੂੰ ਵੋਟਾਂ ਪਾਓ, ਤਾਂ ਕਿ ਉਹ ਜਿਹਨੇ ਤੁਹਾਡੇ ਵਰਗੀ ਜ਼ਿੰਦਗੀ, ਤੁਹਾਡੇ ਵਰਗੀ ਗਰੀਬੀ ਹੰਢਾਈ ਹੋਈ ਆ, ਉਹਨੂੰ ਵੋਟਾਂ ਪਾਓ, ਜਿਹਦੇ ਪਿੰਡੇ 'ਤੇ ਪਤਾ ਉਹਨੂੰ ਕਿਆ ਇੰਨਾ ਬੁਰਾ ਹਾਲ ਹੈ ਇੱਥੇ, ਜਿਹੜਾ ਇਕੱਲੀ ਇਕੱਲੀ ਗਲੀ ਜਾਣਦਾ, ਜਿਹੜਾ ਇਕੱਲਾ ਇਕੱਲਾ ਸੀਵਰੇਜ ਦਾ ਢੱਕਣ ਜਾਣਦਾ, ਉਹਨੂੰ ਵੋਟਾਂ ਪਾਓ, ਆਪਾਂ ਨੇ ਕੀ ਲੈਣਾ ਉਹਨਾਂ ਤੋਂ, ਬੰਬੇ ਵਾਲਿਆਂ ਤੋਂ। ਸੋ ਵੀਰੋ, ਮੈਂ ਵੀ ਕਲਾਕਾਰ ਸੀ, ਪਰ ਮੈਂ ਇਹ ਨਹੀਂ ਹੈਗਾ ਕਿ ਕਲਾਕਾਰੀ ਛੱਡ ਕੇ ਆ ਗਿਆ ਉਹ ਤੋਂ ਬਾਅਦ ਫਿਰ ਕਰੀ ਜਾਵਾਂ, ਨਾ। ਇਹ ਜਿਹੜੀ ਰਾਜਨੀਤੀ ਹੈ 9-5 ਵਾਲੀ ਗੇਮ ਨਹੀਂ ਹੈਗੀ, ਇਹਦਾ ਕੋਈ ਪਤਾ ਨਹੀਂ ਕਿੱਥੇ ਕਦੋਂ ਫੋਨ ਆ ਜਾਵੇ ਲੋਕਾਂ ਦਾ ਕਿ ਮੈਨੂੰ ਹਸਪਤਾਲ ਜਾਣਾ ਹੈ ਜੀ, ਜ਼ਰੂਰੀ ਸਾਨੂੰ ਡਾਕਟਰ 'ਚ ਉੱਥੇ ਹਸਪਤਾਲ ਦਾਖਲ ਕਰਾਓ। ਇਹ ਤਾਂ ਸੇਵਾ ਹੈ ਜੀ, ਸੇਵਾ ਕਰ ਰਹੇ ਹਾਂ, ਪੈਸੇ ਕਮਾਉਣ ਨਹੀਂ ਆਇਆ ਮੈਂ, ਅਸੀਂ ਪੈਸੇ ਕਮਾਉਣ ਨਹੀਂ ਆਏ, ਪੈਸੇ ਕਮਾਉਣੇ ਹੁੰਦੇ ਫਿਲਮਾਂ 'ਚੋਂ ਕਵਾ ਲੈਂਦੇ, ਪੈਸੇ ਕਮਾਉਣੇ ਹੁੰਦੇ ਬਹੁਤ ਟੀਵੀਆਂ 'ਚੋਂ, ਲਫਟ ਸ਼ੋਆਂ 'ਚੋਂ ਕਮਾ ਲੈਂਦੇ, ਪਰ ਮੈਂ ਵੀ ਸੋਚਿਆ ਭਗਵੰਤ ਮਾਨਾ, ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲ੍ਹਿਆਂ 'ਚ ਅੱਗ ਮੱਚਦੀ ਹੋਵੇ, ਜਦੋਂ ਚੁੱਲ੍ਹਿਆਂ 'ਚ ਹੀ ਅੱਗ ਬੁਝੀ ਜਾਂਦੀ ਹੈ, ਤੂੰ ਕਿਵੇਂ ਹਸਾਏਗਾ। ਆ ਜਾ ਆਪਾਂ ਕਰੀਏ ਠੀਕ ਪੰਜਾਬ ਨੂੰ, ਆਪਣੇ ਯੋਗਦਾਨ ਤਾਂ ਪਾ ਦਈਏ ਚੱਲ, ਪਰ ਤੁਸੀਂ ਮਾਣ ਹੀ ਇੰਨਾ ਸਤਿਕਾਰ ਦੇ ਤਾ, ਪਹਿਲਾਂ ਮੈਨੂੰ MP ਬਣਾਇਆ 2 ਵਾਰੀ ਸੰਗਰੂਰ ਤੋਂ, ਉਹ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ, ਸਾਰੇ ਜਾਨਵਰ ਭੱਜਣ ਲੱਗ ਗਏ, ਇੱਕ ਚਿੜੀ ਛੱਪੜ ਦੇ ਵਿੱਚੋਂ ਚੁੰਝ ਭਰਿਆ ਕਰੇ, ਅੱਗ 'ਤੇ ਪਾ ਦਿਆ ਕਰੇ, ਫਿਰ ਛੱਪੜ 'ਚੋਂ ਚੁੰਝ ਭਰਿਆ ਕਰੇ, ਅੱਗ 'ਤੇ ਪਾ ਦਿਆ ਕਰੇ, ਸਾਰੇ ਜਾਨਵਰ ਬਾਕੀ ਹੱਸਣ ਲੱਗ ਗਏ, ਕਹਿੰਦੇ ਚਿੜੀ ਇਹ ਭੋਲੀ ਹੈ, ਇਹ ਜੰਗਲ ਦੀ ਅੱਗ ਹੈ, ਤੇਰੀ ਚੁੰਝ ਦੀ ਪਾਣੀ ਨਾਲ ਨਹੀਂ ਬੁਝਣੀ, ਭੱਜਣ ਦੀ ਕਰ। ਉਹ ਚਿੜੀ ਕਹਿੰਦੀ ਮੈਨੂੰ ਵੀ ਪਤਾ ਹੈ ਕਿ ਜੰਗਲ ਦੀ ਅੱਗ ਹੈ, ਮੇਰੀ ਚੁੰਝ ਦੇ ਪਾਣੀ ਨਾਲ ਬੁਝਣੀ ਨਹੀਂ, ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ, ਤੁਹਾਡਾ ਸਾਰਿਆਂ ਦਾ ਨਾਂ ਤਮਾਸ਼ਾ ਦੇਖ ਕੇ ਭੱਜਣ ਵਾਲਿਆਂ 'ਚ ਹੋਊਗਾ, ਮੇਰਾ ਇਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ 'ਚ ਹੋਊ। ਆਹ ਫਰਕ ਹੈ। ਆਓ ਆਪਾਂ ਇਕੱਠੇ ਹੋ ਕੇ ਪੰਜਾਬ ਠੀਕ ਕਰੀਏ, ਐਡੀ ਕਿਹੜੀ ਗੱਲ ਹੈ ਯਾਰ, ਆਪਣਾ ਵਤਨ ਹੈ, ਜੇ ਆਪਣੇ ਘਰ 'ਚ ਕੋਈ ਗੰਦ ਪੈ ਜਾਵੇ ਆਪਾਂ ਹੀ ਠੀਕ ਕਰਦੇ ਹਾਂ, ਕੋਈ ਬਾਹਰੋਂ ਆ ਕੇ ਤਾਂ ਨਹੀਂ ਕਰਕੇ ਜਾਂਦਾ ਨਾ। ਤੁਸੀਂ ਇਹ ਨਾ ਸੋਚਿਓ ਕਿ ਆਪਣੇ ਪੰਜਾਬ ਨੂੰ ਕੋਈ ਬਾਈਡਨ ਆ ਕੇ ਠੀਕ ਕਰੂਗਾ ਜਾਂ ਕਲਿੰਟਨ ਆ ਕੇ ਠੀਕ ਕਰੂਗਾ, ਆਪਾਂ ਨੂੰ ਕਰਨਾ ਪੈਣਾ, ਆਪਦੇ ਮਰੇ ਬਿਨਾਂ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਵੀਰੋ, ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ, ਆਪਾਂ ਨੂੰ ਠੀਕ ਕਰਨਾ ਪੈਣਾ ਪੰਜਾਬ, ਔਰ ਆਪਾਂ ਕਰਾਂਗੇ। ਮੈਂ ਨਹੀਂ ਕਹਿੰਦਾ ਮੇਰੇ ਮਗਰ ਲੱਗੋ, ਮੈਂ ਕਹਿੰਦਾ ਮੇਰੇ ਬਰਾਬਰ ਲੱਗੋ। ਮੈਂ ਤੁਹਾਨੂੰ ਪੰਜਾਬ ਨੂੰ ਆ 6 ਮਹੀਨੇ 7-8 ਮਹੀਨੇ ਹੁਣ ਤਾਂ ਰੰਗ ਜੇ ਦੇਖਣ ਤਾਂ ਲੱਗ ਗਏ ਨਾ, 43,000 ਨੌਕਰੀਆਂ ਦੇਤੀਆਂ, ਇੱਕ ਬੰਦਾ ਕਹਿ ਦੇ 1 ਰੁਪਈਆ ਵੀ ਲੱਗਿਆ ਹੋਵੇ ਨੌਕਰੀ ਦਾ, 1 ਰੁਪਈਆ, ਕੋਈ ਪਟਵਾਰੀ ਲੱਗਿਆ, ਕੋਈ ਪੁਲਿਸ ਇੰਸਪੈਕਟਰ ਲੱਗੀਆਂ ਨੇ ਕੁੜੀਆਂ, ਜੱਜ ਵੀ ਲੱਗੀਆਂ ਨੇ ਕੁੜੀਆਂ, 1 ਰੁਪਈਆ ਕਹਿ ਦੇ, ਸਾਬਤ ਕਰ ਦੇ 1 ਰੁਪਈਆ। ਫਿਰ ਪਾਣੀ, ਨਹਿਰਾਂ ਦਾ ਪਾਣੀ, ਹੁਣ ਟੇਲਾਂ ਤੱਕ ਪਾਣੀ ਪਹੁੰਚ ਰਿਹਾ, ਨਵੀਆਂ ਕੱਸੀਆਂ ਬਣਾ ਰਹੇ ਹਾਂ,
ਅੰਡਰਗਰਾਊਂਡ ਪਾਈਪਾਂ ਪਾ ਰਹੇ ਹਾਂ। ਪਹਿਲਾਂ ਇਹ ਮੁੱਦਾ ਹੀ ਨਹੀਂ ਹੁੰਦਾ ਸੀ, ਉਹਨੂੰ ਪਤਾ ਹੀ ਨਹੀਂ ਸੀ ਇਹ ਕੀ ਹੁੰਦਾ। ਪਾਣੀ ਸਾਡਾ ਧਰਤੀ ਥੱਲੇ ਜਾਈ ਜਾਂਦਾ, 400-500-600-600 ਫੁੱਟ 'ਤੇ ਪਾਣੀ ਚਲਾ ਗਿਆ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਗੁਰੂ ਸਾਹਿਬ ਦੇ ਤਿੰਨੋਂ ਦਰਜੇ, ਹਵਾ ਦਾ, ਪਾਣੀ ਦਾ ਅਤੇ ਧਰਤੀ, ਆਪਾਂ ਕਿਵੇਂ ਹੀ ਨਹੀਂ ਰੱਖ ਸਕੇ, ਹੁਣ ਰੱਖਾਂਗੇ। ਵੀਰੋ ਮੈਂ ਇੱਕ ਬੇਨਤੀ ਕੀਤੀ ਸੀ, ਅੱਜ ਵੀ ਕਰਕੇ ਜਾਂਦਾ, ਮੈਂ ਬੇਨਤੀ ਕੀਤੀ ਸੀ ਪੂਸਾ 44 ਜਿਹੜੀ ਹੈ ਨਾ, ਪੂਸਾ 44, ਇਹ ਕਿਸਮ ਨਾ ਬੀਜਿਓ, ਕਿਉਂਕਿ ਇਹ 152-155 ਦਿਨ ਲੈਂਦੀ ਹੈ ਪੱਕਣ ਨੂੰ, ਅਤੇ ਇਹਦੀ ਪਰਾਲੀ ਵੀ ਜ਼ਿਆਦਾ ਹੁੰਦੀ ਹੈ। ਅਤੇ PR 126, PR 127, PR 128, PR 129, PR 130, ਇਹ ਆਪਣੀ ਖੇਤੀਬਾੜੀ ਯੂਨੀਵਰਸਿਟੀ ਨੇ ਕੱਢੀਆਂ ਨੇ ਨਵੀਆਂ, ਜਿਹੜੇ ਬੀਜ ਆਪਣਾ ਲੁਧਿਆਣੇ, ਆ ਬੀਜੋਗੇ, ਦਾਣਾ ਦਾਣਾ ਚੱਕਾਂਗੇ, ਔਰ 48 ਘੰਟਿਆਂ ਤੋਂ ਕਿ 24 ਘੰਟਿਆਂ 'ਚ ਹੀ ਪੇਮੈਂਟ ਹੋਊਗੀ। ਮੈਂ ਬੇਨਤੀ ਕੀਤੀ ਸੀ, ਬਹੁਤ ਵੱਡੇ ਅਖਬਾਰ ਨੇ, ਦੇਸ਼ ਦੇ ਅੰਗਰੇਜ਼ੀ ਦੇ ਅਖਬਾਰ ਨੇ, ਟਾਈਮਸ ਆਫ ਇੰਡੀਆ ਨੇ ਫਰੰਟ ਪੇਜ ਲਾਇਆ 10 ਕੁ ਦਿਨ ਪਹਿਲਾਂ ਕਿ ਇੱਕ ਬੇਨਤੀ 'ਤੇ 33% ਲੋਕਾਂ ਨੇ ਜਿਹੜੀ ਪੂਸਾ 44 ਨਹੀਂ ਬੀਜੀ, ਉੱਥੇ 26 ਬੀਜੀ। ਵੀਰੋ 477 ਕਰੋੜ ਰੁਪਏ ਦਾ ਬਿਜਲੀ ਦਾ ਬਚ ਗਿਆ, ਅਤੇ 5 ਬਿਲੀਅਨ ਕਿਊਬਿਕ ਮੀਟਰ ਪਾਣੀ ਬਚ ਗਿਆ ਥੱਲੇ ਧਰਤੀ 'ਚ, ਆ ਇੰਨਾ ਕੁ 33% ਨਾਲ। ਹੁਣ ਜਾਰੀ ਕਰਤਾ ਲਿਸਟ, ਰੋਸਟਰ ਬਣਾਤਾ, 15 ਜੂਨ ਤੋਂ ਸਾਰੇ ਪੰਜਾਬ ਜਦੋਂ ਮਰਜ਼ੀ ਝੋਨਾ ਲਾਇਓ, ਪਰ ਬਾਰਡਰ ਦੇ ਤਾਰ ਵਾਲੇ ਪਰਲੇ ਪਾਸੇ ਵਾਲਾ ਤਰੀਕ ਪਹਿਲਾਂ ਦੇ ਤੀ, ਤੁਹਾਨੂੰ ਉਹ ਜਿਹੜਾ ਰੋਸਟਰ ਮਿਲ ਜੂਗਾ, ਪਨੀਰੀ ਬੀਜ ਲਓ, ਉਸ ਹਿਸਾਬ ਨਾਲ ਚੱਕੀ ਵੀ ਜਾਊਗੀ, ਸਾਨੂੰ ਵੀ ਪਤਾ ਹੋਊਗਾ ਕਿਹੜੀ ਸਭ ਤੋਂ ਪਹਿਲਾਂ ਆ ਰਹੀ ਹੈ, ਕਿਹੜੀ ਕਿਹੜੇ ਇਲਾਕੇ 'ਚ ਜਿਹੜੀ ਫਸਲ ਹੈ। ਬਹੁਤ ਪਲੈਨਿੰਗ ਨਾਲ ਚੱਲਦਾ ਜੀ ਮੈਂ, ਮੈਂ ਨਹੀਂ ਹੁੰਦਾ ਕਿ ਨਹੀਂ 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 ਇੱਧਰ ਆ ਕਰ ਦਿਉ, ਨੋ ਨੋ, ਮੈਨੂੰ ਸਾਰਾ ਪਤਾ ਹੁੰਦਾ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ, ਜਿਹੜੇ ਜ਼ਿਲ੍ਹਿਆਂ 'ਚ ਨਹਿਰੀ ਪਾਣੀ ਨਾਲ ਹੈ ਉਹਨਾਂ ਦੀ 11 ਜੂਨ ਕਰਤੀ, ਬਾਰਡਰ ਦੇ ਪਰਲੇ ਪਾਸੇ ਤਾਰ ਵਾਲਾ 11 ਜੂਨ ਹੈ, ਠੀਕ ਹੈ ਨਾ। ਬਿਜਲੀ ਮਿਲੂਗੀ, ਪਿਛਲੀ ਵਾਰ ਆਪਾਂ ਨੂੰ 15-18 ਆ ਜ਼ਿਲ੍ਹੇ ਲਾਉਣਗੇ, 19-22 ਆ ਜ਼ਿਲ੍ਹੇ ਲਾਉਣਗੇ, ਉਦੋਂ ਕਾਰਨ ਕੀ ਸੀ, ਉਦੋਂ ਬਿਜਲੀ ਇੱਕਦਮ ਨਹੀਂ ਹੈਗੀ ਸੀ ਇੰਨੀ, ਫਿਰ ਆਪਾਂ ਬਿਜਲੀ ਦੀ ਆਪਣੀ ਜਿਹੜੀ ਕੋਲੇ ਦੀ ਖਾਨ ਹੈ ਝਾਰਖੰਡ 'ਚ ਉਹ ਚਲਾਈ, ਉਹ ਚਲਾ ਕੇ ਕੋਲਾ ਆਮ ਕੀਤਾ, ਫਿਰ ਥਰਮਲ ਪਲਾਂਟ ਖਰੀਦਿਆ। ਹੁਣ 15 ਤਰੀਕ ਤੋਂ ਜਿੰਨੀ ਮਰਜ਼ੀ ਬਿਜਲੀ ਲੈ ਲਿਓ, ਬਿਜਲੀ ਆਮ ਪਈ ਹੈ ਪੰਜਾਬ ਕੋਲ, ਪੰਜਾਬ ਬਿਜਲੀ ਵੇਚ ਰਿਹਾ ਇਸ ਵਕਤ, ਅਤੇ ਨਾਲੇ ਬਿਜਲੀ ਆਉਂਦੀ ਵੀ ਦਿਨੇ ਹੈ। ਸਤਿ ਸ਼੍ਰੀ ਅਕਾਲ ਜੀ। ਸ਼ਹਿਰੀ ਨੇ ਦੱਸਿਆ ਜਿਵੇਂ ਬਿਜਲੀ ਆਉਂਦੀ ਵੀ ਦਿਨੇ ਹੈ, ਮੈਂ ਬਿਜਲੀ ਦੇ ਅਫਸਰਾਂ ਨੂੰ ਬੁਲਾਇਆ, ਮੈਂ ਕਿਹਾ ਸਾਰੀ ਦੁਨੀਆ ਦੇ ਅਫਸਰ ਜਿਹੜੇ ਦਫ਼ਤਰ ਨੇ, ਸਾਰੀ ਦੁਨੀਆ ਦਫ਼ਤਰ ਦਿਨੇ ਲੱਗਦੇ ਆ, ਉਹ ਜ਼ਿਮੀਂਦਾਰ ਦਾ ਦਫ਼ਤਰ ਰਾਤ ਨੂੰ 2 ਵਜੇ ਕਿਉਂ ਲਾਉਂਦੇ ਹੋ, ਵੀ ਰਾਤ ਨੂੰ 2 ਵਜੇ ਲਾਈਟ ਆਊ ਜੀ, ਨਾ ਪਹਿਲਾਂ ਸੌਂ ਸਕਦਾ ਨਾ ਬਾਅਦ 'ਚ ਸੌਂ ਸਕਦਾ। ਹੁਣ ਬਿਜਲੀ ਦਾ ਜਦੋਂ ਮਰਜ਼ੀ ਬਟਨ ਦੱਬਿਓ, ਤੁਹਾਡੇ ਕੋਲ ਮੋਟਰ ਚੱਲੂਗੀ, ਨਾਲ ਖੇਤੀ ਵਾਲਾ ਪਾਣੀ ਵੀ ਆਊਗਾ। ਦੂਜਾ ਜਿਹੜਾ ਨਹਿਰੀ, ਜਦੋਂ ਨਹਿਰੀ ਪਾਣੀ ਆਉਣ ਲੱਗ ਗਿਆ, ਆਪਾਂ 69% 'ਤੇ ਪਹੁੰਚ ਗਏ, 69% 'ਤੇ, 21 ਜਦੋਂ ਆਪਾਂ ਸੌਂ ਚੱਕੀ ਸੀ ਉਦੋਂ 21 ਸੀ, 69% 'ਤੇ ਪਹੁੰਚ ਗਏ ਵੀਰੋ, ਜਿੱਦੇ 70 'ਤੇ ਪਹੁੰਚ ਗਿਆ, 6-7 ਮਹੀਨਿਆਂ ਨੂੰ ਬਸ ਖਾਲ ਬਣੀ ਜਾਂਦੇ ਨੇ, ਪਾਈਪਾਂ ਥੱਲੇ ਪਈ ਜਾਂਦੀਆਂ ਨੇ, 70 'ਤੇ ਪਹੁੰਚ ਗਏ। 14.5 ਲੱਖ 'ਚੋਂ 6 ਲੱਖ ਟਿਊਬਵੈੱਲ ਪੰਜਾਬ ਦਾ ਬੰਦ ਹੋ ਜੂਗਾ, ਕਿਉਂਕਿ ਨਹਿਰੀ ਪਾਣੀ ਆਇਆ ਹੋਊਗਾ, ਫਿਰ ਮੋਟਰ ਚਲਾਉਣ ਦੀ ਲੋੜ ਨਹੀਂ। ਉਹਦੇ ਨਾਲ ਜਿਹੜਾ 6-7 ਹਜ਼ਾਰ ਕਰੋੜ ਬਚੂਗਾ, ਉਹਦੇ 'ਚੋਂ ਸਿਰਫ 5500-5500 ਦੀ ਗਰੰਟੀ ਹੈ, ਜਿਹੜੀ ਮੈਂ ਗਰੰਟੀ ਦਿੱਤੀ ਸੀ, ਮੈਂ ਮਾਵਾਂ ਭੈਣਾਂ ਨੂੰ ਜਿਹੜਾ 1000-1000 ਰੁਪਏ ਵਾਲੀ ਸਨਮਾਨ ਵਾਲੀ ਉਹ ਪੂਰੀ ਕਰੂੰਗਾ ਸਭ ਤੋਂ ਪਹਿਲਾਂ। ਅਸੀਂ ਉਹ ਨਹੀਂ ਕਹਿੰਦੇ ਵੀ ਹੋਈ ਉਵੇਂ ਪਾਣੀ 'ਤੇ ਬੱਸਾਂ ਚਲਾ ਦਾਂਗੇ, ਪਾਣੀ 'ਤੇ ਬੱਸਾਂ ਕਿੱਥੇ ਚਲਾ ਲਾ, ਸੜਕ ਵਾਲੀਆਂ ਚਲਾ ਲਾ, ਉਹੀ ਬਹੁਤ ਹੈ।
ਪਾਣੀ 'ਤੇ ਬੱਸਾਂ ਚਲਾ ਦਾਂਗੇ, ਮੰਗਲ ਗ੍ਰਹਿ 'ਤੇ ਰੈਲੀ ਕਰਾਂਗੇ। ਗੱਲ ਹੈ ਕੋਈ ਬੰਦੇ ਵਾਲੀ ਯਾਰ। ਸੋ ਪਹਿਲਾਂ ਬੇਸਿਕ ਨੀਡਸ ਤਾਂ ਪੂਰੀਆਂ ਕਰ ਲਓ। ਅੱਜ ਕੇਜਰੀਵਾਲ ਸਾਹਿਬ ਪਹੁੰਚ ਚੁੱਕੇ ਨੇ ਇਸ ਵਕਤ ਅੰਮ੍ਰਿਤਸਰ ਸਾਹਿਬ। ਮੈਂ ਜਾਂਦਾ ਇੱਥੋਂ ਜਾਣਸਰ ਦਰਬਾਰ ਸਾਹਿਬ ਮੱਥਾ ਟੇਕਾਂਗੇ, ਦੁਰਗਿਆਣਾ ਮੰਦਰ ਮੱਥਾ ਟੇਕਾਂਗੇ। ਰੋਡ ਸ਼ੋਅ ਹੈ, ਕੱਲ੍ਹ ਨੂੰ ਸਾਰੇ ਸੰਗਠਨ ਦੀ ਮੀਟਿੰਗ ਹੈ। ਵੀਰੋ, ਇਹਨਾਂ ਨੇ ਸੋਚਿਆ ਸੀ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ, ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ, ਦਰਿਆ ਆਪਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ। ਤੁਸੀਂ ਤਾਂ ਦਰਿਆ ਦੇ ਇਲਾਕੇ ਵਾਲੇ ਲੋਕ ਹੋ, ਤੁਹਾਨੂੰ ਤਾਂ ਵੱਧ ਪਤਾ। ਸੋ ਵੀਰੋ, ਇਹਨਾਂ ਦੇ ਮਗਰ ਨਾਲ ਲੱਗਿਓ। ਮੈਨੂੰ ਇੱਕ ਬਹੁਤ ਵਧੀਆ ਕਿਸੇ ਨੇ ਗੱਲ ਦੱਸੀ, ਮੈਨੂੰ ਕਹਿੰਦੇ ਬਾਈ ਜੀ, ਤੁਹਾਡਾ ਜਿਹੜਾ ਪਿਆਰ ਹੈ ਲੋਕਾਂ 'ਚ ਇੰਨਾ ਜ਼ਿਆਦਾ ਹੋ ਗਿਆ ਕਿ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਗਈਆਂ। ਮੈਂ ਕਿਹਾ ਜੀ, ਉਹ ਤਾਂ ਫਿਰ ਜਦੋਂ ਪਿਆਰ ਹੀ ਜ਼ਿਆਦਾ ਹੋ ਜੇ ਫਿਰ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ। ਮੈਂ ਕਿਹਾ ਕਿਵੇਂ? ਕਹਿੰਦੇ ਵੀ ਇੱਕ ਸਾਧ ਸੀਗਾ, ਸਾਧੂ ਮਹਾਤਮਾ ਸੀ, ਉਹਦੇ ਕੋਲ ਇੱਕ ਘੋੜਾ ਸੀਗਾ ਜੀ, ਬਹੁਤ ਰੇਅਰਸਟ ਆਫ ਰੇਅਰ ਨਸਲ ਦਾ। ਉਹ ਨਸਲ ਹੀ ਖਤਮ ਹੋ ਗਈ ਸੀ, ਪਰ ਉਹਦੇ ਕੋਲ ਹੈਗਾ ਸੀ ਘੋੜਾ। ਬਛੇਰੀ ਉਹਦੇ ਕੋਲ ਸੀ, ਉਹ ਜਦੋਂ ਘੋੜੀ ਬਣੀ ਉਹਨੇ ਬਛੇਰਾ ਦਿੱਤਾ, ਚਿੱਟੇ ਰੰਗ ਦਾ, ਐਨ ਐਸੀ ਨਸਲ ਦਾ ਘੋੜਾ। ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਦੇ ਕੋਲ ਘੋੜਾ ਹੈ ਸਾਧੂ ਕੋਲ। ਹੁਣ ਇਹ ਦੇਖਿਓ ਤੁਸੀਂ ਕਿ ਜੇ ਮੈਂ ਤੁਹਾਡਾ ਦਿਲ ਤੋੜਤਾ, ਕੋਈ ਮੈਂ ਰਿਸ਼ਵਤ ਲੈਂਦਾ ਜਾਂ ਕੋਈ ਹੋਰ, ਕੋਈ ਮੇਰਾ ਮੈਂ ਫੜਿਆ ਗਿਆ ਜਾਂ ਇੱਦਾਂ, ਫਿਰ ਕੀ ਹੋਊਗਾ? ਉਹਨੇ ਬੰਦੇ ਨੇ ਮੈਨੂੰ ਗੱਲ ਸੁਣਾਈ, ਕਹਿੰਦਾ ਜੀ, ਉਹਨੇ ਡਾਕੂਆਂ ਨੇ ਕਿਹਾ, ਡਾਕੂਆਂ ਦੇ ਸਰਦਾਰ ਨੇ, ਕਹਿੰਦਾ ਯਾਰ ਸਾਧੂ ਮਹਾਤਮਾ ਬੰਦਾ ਹੈ, ਛੱਡੋ ਪਰੇ, ਖੂਨ ਖਰਾਬਾ ਕਾਹਨੂੰ ਕਰਨਾ। ਡਾਕੂ ਭੇਜਤਾ, ਕਹਿੰਦਾ ਇਹਨੂੰ ਪੁੱਛ ਲੈ ਕਿੰਨੇ ਦਾ ਵੇਚਦਾ, ਆਪਾਂ ਲੈ ਲੈਂਦੇ, ਖਰੀਦ ਲੈਂਦੇ ਹਾਂ। ਉਹ ਜਾ ਕੇ ਕਹਿੰਦਾ, ਬਾਬਾ ਜੀ ਆਹ ਘੋੜਾ ਵੇਚਣਾ? ਕਹਿੰਦਾ ਨਾ, ਮੈਂ ਵੇਚਣਾ ਨਹੀਂ। ਕਹਿੰਦਾ 20 ਲੱਖ ਦੇ ਦਿੰਦੇ ਹਾਂ? ਕਹਿੰਦਾ ਨਾ, ਮੈਂ ਵੇਚਣਾ ਨਹੀਂ। ਕਹਿੰਦਾ ਚੱਲ ਬਾਬਾ ਜੀ ਐਂ ਕਰੋ, ਫਿਰ 50 ਲੱਖ 'ਤੇ ਗੱਲ ਨਿਬੇੜੀਏ। ਉਹ ਕਹਿੰਦਾ, ਜਦੋਂ ਮੈਂ ਵੇਚਣਾ ਹੀ ਨਹੀਂ, ਤੂੰ ਮੁੱਲ ਕਿਉਂ ਪਾਈ ਜਾਂਦਾ ਜਦੋਂ ਮੈਂ ਵੇਚਣਾ ਹੀ ਨਹੀਂ? ਕਹਿੰਦਾ ਡਾਕੂ ਬਘੇਲ ਸਿੰਘ ਵੱਲੋਂ ਆਇਆ, ਚੱਲ ਕਰੋੜ 'ਤੇ ਗੱਲ ਨਿਬੇੜ। ਉਹ ਕਹਿੰਦਾ, ਯਾਰ ਜਦੋਂ ਮੈਂ ਚਾਹੇ ਜਿਹਦੇ ਵੱਲੋਂ ਮਰਜ਼ੀ ਆਇਆ, ਮੈਂ ਜਦੋਂ ਵੇਚਣਾ ਹੀ ਨਹੀਂ ਘੋੜਾ। ਕਹਿੰਦਾ ਚੱਲ 2 ਕਰੋੜ 'ਤੇ ਗੱਲ ਕਰੀਏ ਫਾਈਨਲ ਫਿਰ। ਉਹ ਕਹਿੰਦਾ, ਮੈਂ ਵੇਚਣਾ ਹੀ ਨਹੀਂ। ਉਹ ਚਲਿਆ ਗਿਆ ਜੀ ਵਾਪਸ, ਜਾ ਕੇ ਡਾਕੂ ਨੂੰ ਦੱਸਤਾ, ਕਹਿੰਦਾ ਉਹ ਨਹੀਂ ਵੇਚਦਾ ਜੀ, ਬਾਹਲਾ ਜਿੱਦੀ ਸਾਧ ਹੈ। ਕਹਿੰਦਾ ਚੱਲ ਠੀਕ ਹੈ ਯਾਰ, ਕੋਈ ਨਹੀਂ। 5-7 ਦਿਨਾਂ ਬਾਅਦ ਕਿਤੇ ਉਹ ਸਾਧੂ ਨੂੰ ਸ਼ਹਿਰ ਜਾਣਾ ਪੈ ਗਿਆ, ਉਹ ਘੋੜੇ 'ਤੇ ਚੜ੍ਹ ਕੇ ਸ਼ਹਿਰ ਜਾ ਰਿਹਾ ਸੀ। ਰਸਤੇ 'ਚ ਇੱਕ ਬਜ਼ੁਰਗ, ਅੰਨਾ ਬਜ਼ੁਰਗ, ਉਮਰ 70 ਕੁ ਦੇ ਨੇੜੇ, ਕੁੱਬਾ 'ਤੇ ਤੁਰਿਆ ਜਾਵੇ, ਉਹ ਕਹਿੰਦਾ ਜੀ, ਮੈਂ ਅੰਨਾ ਅੱਖਾਂ ਤੋਂ ਬਿਮਾਰ ਹਾਂ ਮੈਂ, ਪਰ ਮੈਨੂੰ ਕੰਨਾਂ ਤੋਂ ਸੁਣਦਾ, ਮੈਨੂੰ ਲੱਗਦਾ ਕੋਈ ਘੋੜ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ, ਮੈਨੂੰ ਘੋੜੇ ਦੀਆਂ ਪੌੜਾਂ ਦੀ ਆਵਾਜ਼ ਆ ਰਹੀ ਹੈ, ਵੀ ਜੇ ਮੈਨੂੰ ਜਾਂਦਾ ਜਾਂਦਾ ਲੈ ਜੇ ਤਾਂ ਮੈਂ ਬਚ ਸਕਦਾ, ਜੇ ਹਸਪਤਾਲ ਪਹੁੰਚ ਗਿਆ ਟਾਈਮ 'ਤੇ, ਨਹੀਂ ਮੈਨੂੰ ਲੱਗਦਾ ਨਹੀਂ ਮੈਂ ਤੁਰ ਕੇ ਪਹੁੰਚੂੰਗਾ, ਮੈਂ ਰਾਹ 'ਚ ਹੀ ਮਰ ਜੂੰਗਾ। ਉਹ ਸਾਧੂ ਬੰਦਾ ਸੀ, ਮਨੁੱਖਤਾ ਦੇ ਸੇਵਾਦਾਰ ਹੁੰਦੇ ਆ ਸਾਧੂ ਲੋਕ। ਉਹ ਉਤਰਿਆ, ਕਹਿੰਦਾ ਕੋਈ ਨਹੀਂ ਬਾਬਾ ਜੀ, ਮੈਂ ਬਿਠਾਉਣਾ ਤੁਹਾਨੂੰ, ਤੁਸੀਂ ਬੈਠੋ ਫਿਰ ਮੈਂ ਮਗਰ ਬਹਿ ਜੂੰਗਾ ਤੁਹਾਡੇ। ਉਹ ਬੈਠਿਆ, ਉਹਨੇ ਬੈਠਣ ਸਾਰ ਮਾਰੀ ਅੱਡੀ ਘੋੜੇ ਦੇ, ਘੋੜਾ 100 ਕਿਲੋਮੀਟਰ ਦੀ ਸਪੀਡ 'ਤੇ ਗਿਆ, ਉਹ ਥੋੜ੍ਹੀ ਜਿਹੀ ਦੂਰ ਜਾ ਕੇ ਘੋੜੇ ਦਾ ਮੂੰਹ ਇੱਧਰ ਕਰਕੇ ਕਹਿੰਦਾ, ਗੱਲ ਸੁਣੋ ਸਾਧਾ, ਤੈਨੂੰ ਕਿਹਾ ਨਹੀਂ ਸੀ ਵੀ 2 ਕਰੋੜ ਲੈ ਲਾ? ਕੋਈ ਬਿਮਾਰ ਬਮੂਰ ਨਹੀਂ ਹੈਗਾ ਮੈਂ, ਕੋਈ ਅੰਨਾ ਉੱਨਾ ਨਹੀਂ ਹੈਗਾ ਮੈਂ, ਕੋਈ ਮੇਰੇ ਕੁੱਬ ਨਹੀਂ ਪੈਂਦਾ, ਉਸੇ ਬਘੇਲ ਸਿੰਘ ਦੇ ਹੀ ਡਾਕੂ ਹਾਂ, ਤੂੰ ਲੈ ਨਹੀਂ ਪੈਸੇ, ਹੁਣ ਤੈਨੂੰ ਘੋੜਾ ਵੀ ਨਹੀਂ ਮਿਲਣਾ, ਪੈਸੇ ਵੀ ਨਹੀਂ ਮਿਲਣੇ। ਉਹ ਸਾਧੂ ਕਹਿੰਦਾ, ਦੇਖੋ ਗੱਲ ਇਹ ਹੈ ਜੀ, ਘੋੜਾ ਤਾਂ ਹੁਣ ਹੋ ਗਿਆ ਤੁਹਾਡਾ, ਘੋੜਾ ਤਾਂ ਉਸੇ ਦੀ ਹੁੰਦਾ ਜਿਹਦੇ ਹੱਥ 'ਚ ਉਹਦੀਆਂ ਬਾਗਾਂ ਨੇ, ਘੋੜਾ ਤਾਂ ਤੁਹਾਡਾ ਹੋ ਗਿਆ, ਪਰ ਮੇਰੀ ਇੱਕ ਬੇਨਤੀ ਹੱਥ ਬੰਨ ਕੇ। ਕਹਿੰਦੇ ਕੀ?
ਕਹਿੰਦਾ ਤੁਸੀਂ ਇਹ ਸਾਰੀ ਕਹਾਣੀ ਲੋਕਾਂ ਨੂੰ ਦੱਸਿਓ ਨਾ ਵੀ ਘੋੜਾ ਤੁਸੀਂ ਮੈਥੋਂ ਕਿਵੇਂ ਖੋਇਆ। ਉਹ ਕਹਿੰਦੇ ਵੀ ਇਹਦੇ ਨਾਲ ਕੀ ਫਰਕ ਪੈਂਦਾ ਵੀ ਜੇ ਅਸੀਂ ਸਾਰੀ ਕਹਾਣੀ ਦੱਸੀਏ ਨਾ ਇਹਦੇ ਨਾਲ ਕੀ ਫਰਕ ਪੈਂਦਾ। ਉਹ ਹੱਸ ਪਿਆ ਡਾਕੂ। ਤਾਂ ਸਾਧੂ ਕਹਿੰਦਾ ਬਹੁਤ ਫਰਕ ਪੈਂਦਾ। ਕਹਿੰਦਾ ਜੇ ਤੁਸੀਂ ਦੱਸਤਾ ਕਿ ਅਸੀਂ ਐਂ ਘੋੜਾ ਖੋਇਆ, ਕਹਿੰਦਾ ਫਿਰ ਭਵਿੱਖ ਦੇ ਵਿੱਚ ਫਿਊਚਰ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਬਿਮਾਰਾਂ 'ਤੇ, ਬਜ਼ੁਰਗਾਂ 'ਤੇ, ਅੰਨਿਆਂ 'ਤੇ, ਖੁੱਬਿਆਂ 'ਤੇ, ਬਜ਼ੁਰਗਾਂ 'ਤੇ ਕਹਿੰਦਾ ਯਕੀਨ ਕਰਨੋਂ ਹਟ ਜਾਣਗੇ ਵੀ ਇਹ ਤਾਂ ਉਹੀ ਹੋਣਾ, ਡਾਕੂ ਨਾ ਹੋਵੇ ਕਿਤੇ। ਸੋ ਵੀਰੋ